ਇਹਨਾਂ ਨੇ ਬੱਚੀਆਂ ਨੂੰ ਜੰਮਦੀਆਂ ਨੂੰ ਮਾਰਤਾ, ਹੁਣ ਟੈਸਟ ਕਰਾ ਲੈਂਦੇ ਐ, ਪਹਿਲੀ ਲੜਕੀ ਚਲੋ ਪੈਦਾ ਕਰ ਲਓ, ਦੂਜੀ ਲੜਕੀ ਮਾਰ ਦਿਓ, ਤੀਜੀ ਲੜਕੀ ਮਾਰ ਦਿਓ, ਹੁਣ ਇਦਾਂ ਚੱਲਣ ਲੱਗ ਪਿਆ। ਇੱਕ ਇਹ ਮਨੌਤ ਹੈ, ਧਿਆਨ ਨਾਲ ਸੁਣਿਓ, ਇੱਕ ਇਹ ਮਨੌਤ ਹੈ, ਪਰ ਇੱਕ ਮਨੌਤ ਇਹ ਹੈ ਵੀ ਧੀ ਹੋ ਗਈ ਪੁੱਤ ਹੋ ਗਿਆ, ਫਰਕ ਹੀ ਕੋਈ ਨਹੀਂ, ਜ਼ਮਾਨਾ ਬਦਲ ਗਿਆ, ਧੀ ਪੁੱਤ ਵਿੱਚ ਕੀ ਫਰਕ ਹੈ ਭਾਈ, ਆਪੋ ਆਪਣੇ ਕਰਮ ਖਾਣੇ ਹੁੰਦੇ ਆ, ਕੋਈ ਫਰਕ ਨਹੀਂ। ਹੁਣ ਦੱਸੋ ਵੀ ਮਨੌਤ ਕਿਹੜੀ ਵਧੀਆ ਭਲਾ, ਜਿਹੜਾ ਧੀ ਪੁੱਤ ਵਿੱਚ ਕੋਈ ਫਰਕ ਨਹੀਂ ਸਮਝਦਾ।